ਸਪੀਕਿੰਗ ਚੋਂ ਸੱਤ ਜਾਂ ਸੱਤ ਤੋਂ ਜ਼ਿਆਦਾ ਬੈਂਡ ਕਿਉਂ ਆਉਂਦੇ ਨੇ ਕੈਂਡੀਡੇਟ ਦੇ, ਫਿਰ ਸਾਡੇ ਕਿਉਂ ਨਹੀਂ ਆਉਂਦੇ? ਸੋ ਅੱਜ ਆਪਾਂ ਇਸ ਚੀਜ਼ ਤੇ ਚਰਚਾ ਕਰਾਂਗੇ। ਵੈਲਕਮ ਬੈਕ ਟੂ ਮਾਈ ਚੈਨਲ, ਆਈ ਐਮ ਸੂਰਜ। ਅਗਰ ਤੁਸੀਂ ਨਿਊ ਹੋ ਇਸ ਚੈਨਲ ਤੇ, ਸਬਸਕ੍ਰਾਈਬ ਜ਼ਰੂਰ ਕਰੋ। ਬਹੁਤ ਸਾਰਾ ਕੰਟੈਂਟ ਮਿਲੂਗਾ ਐਂਡ ਕਾਫੀ ਜ਼ਿਆਦਾ ਅਪਲੋਡ ਆ, ਮੋਰ ਦੈਨ 300 ਵੀਡੀਓਜ਼ ਅਪਲੋਡ ਹੋ ਚੁੱਕੀਆਂ, ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਸੋ ਬਾਇਸ, ਅੱਜ ਗੱਲ ਕਰਦੇ ਹਾਂ ਕਿ ਸਪੀਕਿੰਗ ਦਾ ਅਸੀਂ 7 ਜਾਂ 7 ਪਲੱਸ ਦਾ ਟਾਰਗੇਟ ਕਿਵੇਂ ਅਚੀਵ ਕਰਨਾ। ਕਾਫੀ ਕੈਂਡੀਡੇਟਸ ਕਹਿੰਦੇ ਆ ਸਾਡਾ ਫਲੋ ਵਧੀਆ ਵਾ, ਅਸੀਂ ਬਹੁਤ ਵਧੀਆ ਬੋਲਦੇ ਹਾਂ, ਬਟ ਸਾਡੇ ਬੈਂਡ ਸਕੋਰ ਨਹੀਂ ਆਉਂਦੇ। ਯੈਸ, ਰਾਈਟ ਆ, ਤੁਹਾਡੇ ਨਹੀਂ ਆਉਂਦੇ, ਉਹਦੇ ਪਿੱਛੇ ਕੁਝ ਨਾ ਕੁਝ ਕਮੀਆਂ ਹੁੰਦੀਆਂ। ਸੋ ਉਹ ਬੇਸਿਕਲੀ ਆਪਾਂ ਡਿਸਕਸ ਕਰਾਂਗੇ ਕਿ ਉਹ ਕਮੀਆਂ ਅਸੀਂ ਉਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਗਾਇਸ, ਤੁਹਾਡੀ ਜਿਹੜੀ ਲੈਂਥ ਆ ਉਹ ਕਵਰ ਹੋਣੀ ਚਾਹੀਦੀ ਆ। ਇੰਪੋਰਟੈਂਟ ਟਿਪਸ ਆ, ਇਹਨਾਂ ਨੂੰ ਧਿਆਨ ਨਾਲ ਸੁਣ ਲਿਓ। ਇਹ ਚੀਜ਼ਾਂ ਤੇ ਵਰਕ ਕਰ ਲਓ, ਆਪਣੇ ਮਾਈਂਡ 'ਚ ਬਿਠਾ ਲਓ, ਨੋਟਬੁੱਕ ਤੇ ਚੀਜ਼ਾਂ ਨੋਟ ਕਰ ਲਓ, ਟਿਕ ਕਰਦੇ ਜਾਇਓ। ਜਿੱਦਣ ਇਹ ਕ੍ਰਾਈਟੀਰੀਆ ਫੁਲਫਿਲ ਹੋ ਗਿਆ ਤੁਹਾਡਾ, ਤੁਹਾਡੇ ਸਕੋਰ ਡੈਫੀਨੇਟਲੀ ਆਉਣਗੇ। ਸਭ ਤੋਂ ਪਹਿਲਾਂ ਆ ਗਈ ਲੈਂਥ। ਅਗਰ ਤੁਸੀਂ ਪਾਰਟ 1 ਦੀ ਗੱਲ ਕਰੀਏ, ਪਾਰਟ 1 ਦੇ ਵਿੱਚ 2-3 ਲਾਈਨਸ ਦਾ ਆਨਸਰ ਕਰਿਆ ਕਰੋ, ਨਾ ਹੀ ਜ਼ਿਆਦਾ ਕਰਨਾ ਨਾ ਹੀ ਘੱਟ ਕਰਨਾ, ਇੱਕ ਲਿਮਿਟਡ ਗੱਲ ਪੁੱਛੀ ਜਾਂਦੀ ਹੈ, ਸਿਰਫ ਉਹਨਾਂ ਦਾ ਆਨਸਰ ਕਰੋ। ਨੈਕਸਟ ਆ ਜਾਂਦਾ ਕਿਊ ਕਾਰਡ। ਕਿਊ ਕਾਰਡ ਦਾ ਸਾਰੇ ਜਣੇ ਕਾਫੀ ਜ਼ਿਆਦਾ, ਮੇਰੇ ਵੀ ਆਈਡੀਆਸ ਅਪਲੋਡ ਹੁੰਦੇ, ਤੁਸੀਂ ਦੇਖਦੇ ਹੀ ਹੋਵੋਗੇ, ਬਟ ਕਿਊ ਕਾਰਡ ਦੇ ਵਿੱਚ ਸਾਡੀ ਕਮੀ ਕਿੱਥੇ ਰਹਿੰਦੀ ਆ? ਕਿਊ ਕਾਰਡ ਜਿਹੜਾ ਸਾਡਾ ਵਾ, ਦੇਖੋ ਅਗਰ ਮੈਂ ਤੁਹਾਨੂੰ ਪ੍ਰੋਵਾਈਡ ਵੀ ਕਰ ਰਿਹਾ ਸੈਂਪਲ ਆਨਸਰ, ਮੈਂ ਜਸਟ ਤੁਹਾਨੂੰ ਆਈਡੀਆ ਦੇਣਾ ਹੁੰਦਾ, ਬਟ ਉਹਦੇ ਵਿੱਚ ਤੁਸੀਂ ਫਰੇਜ਼ਸ, ਈਡੀਅਮਸ ਜਾਂ ਕਨੈਕਟਰਸ ਦੀ ਕਮੀ ਰਹਿ ਜਾਂਦੀ ਆ। ਸਭ ਤੋਂ ਇੰਪੋਰਟੈਂਟ ਚੀਜ਼ ਹੈ, ਸਭ ਤੋਂ ਇੰਪੋਰਟੈਂਟ ਹੈ, ਅਗਰ ਤੁਸੀਂ ਓਵਰਆਲ ਸਪੀਕਿੰਗ ਦੀ ਗੱਲ ਕਰੀਏ ਕਿ ਤੁਹਾਡੇ ਲਾਈਕ ਈਡੀਅਮਸ ਵਗੈਰਾ ਜਾਂ ਕਨੈਕਟਰਸ ਦਾ ਯੂਜੇਜ ਨਾ ਹੋਣੀ। ਜਿਵੇਂ ਰਾਈਟਿੰਗ ਦੇ ਵਿੱਚ ਅਸੀਂ ਕਨੈਕਟਰਸ ਯੂਜ਼ ਕਰਦੇ ਹਾਂ, ਸਪੀਕਿੰਗ ਦੇ ਵਿੱਚ ਵੀ ਉਨੇ ਹੀ ਜ਼ਰੂਰੀ ਹੈ। ਸੋ ਇਹਦੇ ਲਈ ਤੁਹਾਡੇ ਕੋਲ ਈਡੀਅਮਸ ਹੋਣੇ ਚਾਹੀਦੇ, ਪੱਕੇ ਈਡੀਅਮਸ ਰੱਖ ਲਓ, 5-6 ਪੱਕੇ ਰੱਖ ਲਓ, ਜਿਹੜੇ ਹਰ ਇੱਕ ਤੁਸੀਂ ਕਿਊ ਕਾਰਡ ਦੇ ਵਿੱਚ ਯੂਜ਼ ਕਰ ਸਕਦੇ ਹੋ। ਅਗਰ ਤੁਹਾਡੇ ਈਡੀਅਮਸ ਐਂਡ ਕਨੈਕਟਰਸ ਯੂਜ਼ ਹੁੰਦੇ ਆ, ਤੁਹਾਡੇ 7 ਪਲੱਸ ਆਉਣਗੇ। ਮੈਂ ਕੁਝ ਐਗਜ਼ਾਮਪਲਸ ਦੇ ਦਿੰਦਾ। ਸਭ ਤੋਂ ਪਹਿਲਾਂ ਡਾਊਨ ਟੂ ਅਰਥ। ਡਾਊਨ ਟੂ ਅਰਥ ਕੀ ਹੁੰਦਾ? ਹੰਬਲ ਪਰਸਨ। ਲਾਈਕ ਅਗਰ ਅਸੀਂ ਕਿਸੇ ਸਿੰਗਰ ਦੀ ਗੱਲ ਕਰ ਰਹੇ ਹਾਂ, ਫੋਰ ਐਗਜ਼ਾਮਪਲ ਦਲਜੀਤ ਦੋਸਾਂਝ, ਉਹਨੂੰ ਜਿਵੇਂ ਡਿਸਕ੍ਰਾਈਬ ਕਰ ਰਹੇ ਹੋ ਉਹਦੀ ਪਰਸਨੈਲਿਟੀ ਨੂੰ, ਉਹਦੇ ਵਿੱਚ ਕਹਿ ਸਕਦੇ ਹੋ ਦਲਜੀਤ ਦੋਸਾਂਝ ਇਜ਼ ਅ ਡਾਊਨ ਟੂ ਅਰਥ ਪਰਸਨ। ਕਿਉਂ? ਡਾਊਨ ਟੂ ਅਰਥ ਬੰਦਾ ਵਾ, ਪਰਸਨ ਆ, ਹੰਬਲ ਪਰਸਨ ਆ, ਰਾਈਟ? ਅਗਰ ਤੁਸੀਂ ਆਪਣੀ ਖੁਸ਼ੀ ਮਹਿਸੂਸ ਕਰਨੀ ਆ ਕਿ ਮੈਂ ਬਹੁਤ ਖੁਸ਼ ਹੋਇਆ, ਆਈ ਫੀਲ ਓਵਰ ਦਾ ਮੂਨ, ਅਗਰ ਪਾਸਟ ਆ ਤਾਂ ਆਈ ਫੈਲਟ ਓਵਰ ਦਾ ਮੂਨ, ਇਹ ਵੀ ਇੱਕ ਫਿਕਸ ਤੁਹਾਡਾ ਪੱਕਾ ਕਨੈਕਟਰ ਹਰ ਕਿਸੇ ਵਿੱਚ ਯੂਜ਼ ਕਰ ਸਕਦੇ, ਕਿਉਂਕਿ ਕਿਊ ਕਾਰਡ ਦੇ ਲਾਸਟ ਇੱਕ ਕੁਐਸਚਨ ਹੁੰਦਾ ਹਾਊ ਯੂ ਫੀਲ, ਉਹਦੇ ਲਈ ਪੱਕਾ ਤੁਹਾਡਾ ਹੋ ਸਕਦਾ ਆਈ ਫੀਲ ਓਵਰ ਦਾ ਮੂਨ। ਅਗਰ ਕੋਈ ਚੀਜ਼ ਬਹੁਤ ਰੇਅਰ ਕਰਦੇ ਹੋ, ਜਿਵੇਂ ਲਾਈਕ ਵੈਰੀ ਰੇਅਰ, ਉਹਦੇ ਲਈ ਕਿਹੜਾ ਯੂਜ਼ ਹੋ ਸਕਦਾ? ਵੰਸ ਇਨ ਏ ਬਲੂ ਮੂਨ, ਕਿ ਕਦੇ ਕਦਾਏ, ਵੰਸ ਇਨ ਏ ਬਲੂ ਮੂਨ। ਸੋ ਇਹ ਵੀ ਤੁਹਾਡਾ ਇੱਕ ਪੱਕਾ ਜਿਹੜਾ ਕਨੈਕਟ ਹੋ ਸਕਦਾ ਈਡੀਅਮ। ਇਹਦੇ ਲਈ ਤੁਹਾਨੂੰ ਇੱਕ ਮੈਂ ਸਪੈਸ਼ਲ ਵੀਡੀਓ ਵੀ ਬਣਾ ਕੇ ਦਊਂਗਾ, ਜੇ ਹੋਰ ਕਿਹੜੇ ਕਿਹੜੇ ਆਪਾਂ ਯੂਜ਼ ਕਰ ਸਕਦੇ ਹੋ, ਪੱਕੇ ਹੀ ਤੁਸੀਂ ਰੱਖ ਸਕਦੇ ਹੋ। ਸੋ ਗਾਇਸ, ਨੈਕਸਟ ਆ ਜਾਂਦਾ ਕਿ ਸਾਡੇ ਕੋਲੇ ਫੋਲੋਅਪਸ, ਪਾਰਟ 3 ਜਿਹੜਾ ਆਪਣੇ ਆ ਜਾਂਦਾ, ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਹੁੰਦੀ ਹੈ। ਸਟੂਡੈਂਟਸ 6-7 ਤੱਕ ਤਾਂ ਪਹੁੰਚ ਜਾਂਦੇ ਆ ਪਾਰਟ 1-2 ਦੇ ਵਿੱਚ, ਬਟ 3 ਚ ਨਹੀਂ ਆਉਂਦੇ। 3 ਕਰਕੇ ਆਪਣੇ ਜਿਹੜੇ ਸਕੋਰ ਆ ਬੈਕ ਆ ਜਾਂਦੇ 6 ਦੇ। ਲੈਂਥ ਕਵਰ ਨਾ ਹੋਣਾ, ਲੈਂਥ ਕਵਰ ਅਗਰ ਨਹੀਂ ਕਰ ਰਹੇ ਤਾਂ ਬਹੁਤ ਵੱਡੀ ਮਿਸਟੇਕ ਆ। ਅਗਰ ਅਸੀਂ ਆਪਣੀ ਲੈਂਥ ਨੂੰ ਕਿਵੇਂ ਕਵਰ ਕਰਨਾ, ਅਗਰ ਤੁਸੀਂ ਲੈਂਥ ਨੂੰ ਕਵਰ ਕਰਨਾ, ਉਹਦੀ ਦੋਨੋਂ ਸਾਈਡਸ ਨੂੰ ਡਿਸਕਸ ਕਰਿਆ ਕਰੋ, ਕਿਉਂਕਿ ਇਹਦੇ ਵਿੱਚ ਸਾਨੂੰ 5-6 ਲਾਈਨਾਂ ਦੇ ਵਿੱਚ 5-6 ਸੈਂਟੈਂਸਿਸ ਹੋਣੇ ਚਾਹੀਦੇ ਆ। ਫੋਰ ਐਗਜ਼ਾਮਪਲ, ਤੁਹਾਡੇ ਕੋਲ ਪੁੱਛਿਆ ਜਾਂਦਾ ਬੈਨੀਫਿਟ, ਵਟ ਆਰ ਦਾ ਬੈਨੀਫਿਟਸ ਆਫ ਮੋਬਾਈਲ ਫੋਨਸ? ਤੁਸੀਂ ਦੱਸਤਾ ਜੀ, ਆਈ ਥਿੰਕ ਅਕੋਰਡਿੰਗ ਟੂ ਮੀ ਦੇਰ ਆਰ ਸੈਵਰਲ ਬੈਨੀਫਿਟਸ। ਉਸ ਬਾਅਦ 1-2 ਲਾਈਨਾਂ ਦੇ ਵਿੱਚ ਤੁਸੀਂ ਆਪਣਾ ਆਨਸਰ ਦੇ ਦਿੱਤਾ, ਨਹੀਂ ਕਵਰ ਹੋਇਆ। ਹਾਊਐਵਰ, ਜਾਂ ਇਨ ਕੰਟਰਾਸਟ, ਦੂਸਰੀ ਸਾਈਡ ਨੂੰ ਵੀ ਡਿਸਕਸ ਕਰ ਦੋ। ਇਟ ਆਲਸੋ ਬ੍ਰਿੰਗ ਸਮ ਡਿਸਐਡਵਾਂਟੇਜਸ, ਇਫੈਕਟ ਔਨ ਆਈਜ਼, ਡਿਸਟਰੈਕਟ ਫਰੋਮ ਸਟੱਡੀਜ਼। ਇਹ ਤਾਂ ਕਿ ਤੁਹਾਡੀਆਂ 5-6 ਲਾਈਨਾਂ ਕਵਰ ਹੋ ਜੇ। ਅਗਰ ਤੁਸੀਂ ਇਹਨੂੰ ਕਵਰ ਕਰੋਗੇ ਤਾਂ ਹੀ ਤੁਹਾਡੇ ਸਕੋਰ ਆਉਣੇ ਆ, ਕਿਉਂਕਿ ਐਗਜ਼ਾਮੀਨਰ ਨੂੰ ਹੁੰਦਾ ਕਿ ਇੱਥੇ ਡਿਸਕਸ਼ਨ ਟੋਪਿਕ ਚੱਲ ਰਿਹਾ, ਤੁਸੀਂ 2-3 ਲਾਈਨਾਂ ਦੇ ਵਿੱਚ ਆਨਸਰ ਖਤਮ ਕਰ ਰਹੇ ਹੋ। ਨੈਕਸਟ ਇੰਪੋਰਟੈਂਟ ਟਿਪ ਆ ਜਾਂਦੀ ਹੈ ਟੋਨ। ਤੁਸੀਂ ਬੋਲਣਾ ਇੱਥੋਂ ਸਟਾਰਟ ਕਰਦੇ ਹੋ, ਜਦੋਂ ਬੋਲਦੇ ਬੋਲਦੇ ਇਸੇ ਤਰ੍ਹਾਂ ਖਤਮ ਕਰ ਦਿੰਦੇ ਹੋ, ਤੁਹਾਡੀ ਟੋਨ ਹੌਲੀ ਹੌਲੀ ਡਾਊਨ ਜਾਣੀ ਚਾਹੀਦੀ ਆ। ਜਿਵੇਂ ਆਈ ਲਾਈਕ ਮੋਗਾ, ਇੱਥੋਂ ਐਗਜ਼ਾਮੀਨਰ ਨੂੰ ਲੱਗ ਰਿਹਾ ਕਿ ਤੁਸੀਂ ਹੋਰ ਵੀ ਕੁਝ ਬੋਲੋਗੇ। ਵੈਲ, ਆਈ ਲਾਈਕ ਮੋਗਾ, ਐਂਡ ਕਰ ਰਹੇ ਹੋ ਸਲੋ ਵੇ ਦੇ ਨਾਲ, ਇੱਕ ਮੋਸ਼ਨ ਦੇ ਵਿੱਚ ਲੈ ਕੇ ਐਂਡ ਕਰ ਰਹੇ ਹੋ ਚੀਜ਼ ਦਾ, ਐਗਜ਼ਾਮੀਨਰ ਨੂੰ ਪਤਾ ਲੱਗ ਜੂ ਤੇ ਸੈਂਟੈਂਸ ਖਤਮ ਹੋਣਾ। ਸੋ ਇੰਪੋਰਟੈਂਟ ਚੀਜ਼ ਆ। ਨੈਕਸਟ ਆ ਜਾਂਦਾ ਕਿ ਕਨੈਕਟਰਸ, ਮੋਰ ਓਵਰ, ਹਾਓ ਐਵਰ, ਜਿੱਥੇ ਵੀ ਤੁਹਾਨੂੰ ਲੱਗਦਾ ਸਿਊਟ ਕਰਦੇ ਆ ਉੱਥੇ ਯੂਜ਼ ਕਰੋ। ਅਗਰ ਕਨੈਕਟਰਸ ਨਹੀਂ ਯੂਜ਼ ਕਰੋਗੇ, ਸਕੋਰਿੰਗ ਨਹੀਂ ਰਹੂਗਾ, ਐਗਜ਼ਾਮੀਨਰ ਨੂੰ ਓਨੀ ਕਲੈਰਿਟੀ ਨਹੀਂ ਆਉਣੀ ਜਿੰਨੀ ਆਉਣੀ ਚਾਹੀਦੀ ਆ। ਪਾਰਟ 3 ਦੇ ਕੁਐਸਚਨ ਸਟਾਰਟ ਕਰਨੇ ਹੁੰਦੇ ਆ, ਉਹਨੂੰ ਸਟਾਰਟ ਕਰਨ ਲੱਗਿਆ ਤੁਸੀਂ ਸਟਾਰਟ ਕਰ ਸਕਦੇ ਹੋ ਅਕੋਰਡਿੰਗ ਟੂ ਮੀ, ਐਜ਼ ਪਰ ਮਾਈ ਓਪੀਨੀਅਨ, ਆਈ ਥਿੰਕ, ਇਹਨਾਂ ਤੋਂ ਸਟਾਰਟ ਕਰਿਆ ਕਰੋ। ਐਂਡ ਇੱਕ ਹੋਰ ਜ਼ਰੂਰੀ ਚੀਜ਼, ਬਿਕੋਜ਼ ਤੋਂ ਸੈਂਟੈਂਸ ਨਾਲ ਸਟਾਰਟ ਕਰਿਆ ਕਰੋ, ਬਿਕੋਜ਼ ਤੋਂ ਕਦੇ ਵੀ ਸੈਂਟੈਂਸ ਨਹੀਂ ਸਟਾਰਟ ਕਰਨਾ। ਅਗਰ ਤੁਹਾਨੂੰ ਲੱਗਦਾ ਕੁਛ ਨਹੀਂ ਬਣ ਰਿਹਾ, ਆਈ ਥਿੰਕ, ਬਿਕੋਜ਼, ਇਸ ਤਰ੍ਹਾਂ ਕਰ ਲਓ, ਬਟ ਬਿਕੋਜ਼ ਤੋਂ ਡਾਇਰੈਕਟ ਨਹੀਂ ਸਟਾਰਟ ਕਰਨ। ਸੋ ਇਹ ਕੁਝ ਇੰਪੋਰਟੈਂਟ ਟਿਪਸ ਸੀਗੀਆਂ ਜਿਹੜੀਆਂ ਡਿਸਕਸ ਕਰਨੀਆਂ ਸੀ, ਐਂਡ ਈਡੀਅਮਸ ਦੀ ਤੁਹਾਨੂੰ ਮੈਂ ਵੀਡੀਓ ਜਲਦੀ ਹੀ ਬਣਾ ਕੇ ਦਊਂਗਾ। ਥੈਂਕ ਯੂ ਸੋ ਮਚ, ਲਾਈਕ ਕਰਨਾ ਨਾ ਭੁੱਲਣਾ, ਐਂਡ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰੋ। ਥੈਂਕ ਯੂ ਸੋ ਮਚ।